ਉਹ ਹੁੰਦੀ ਉਹ ਕੱਢਦੀ ਹੁੰਦੀ ਸੀ ਗਾਲਾਂ ਸਾਨੂੰ ਅੱਛਾ ਗਰਮੀ ਤੋਂ ਫੋਟੋ ਇੱਥੇ ਖਿੱਚੀ ਆ ਉਹ ਫੋਟੋ ਇੱਥੇ ਖਿੱਚੀ ਆ 1962 ਦੀ ਇੱਕ ਤਸਵੀਰ ਮੈਨੂੰ ਪ੍ਰਾਪਤ ਹੋਈ ਸੀ ਦੀ ਹੀ ਹਾਂ ਡਿਓਰੀ ਆ ਹੋਈ ਡਿਓਰੀ ਜੋ ਹਾਂ 47 ਵਾਲੀਆਂ ਹਾਂ ਹਾਂਜੀ ਇੱਥੋਂ ਆਉ ਲਾਲ ਹੁਸੈਨ ਦਾ ਤੇ ਇਹ ਜਾਂ ਡੈਡੀ ਆ ਆਪਾਂ ਪਾਪਾ ਜੀ ਹੁਣੀ ਡੈਡੀ ਆਏ ਅੱਛਾ ਪਾਪਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਮੈਂ ਜੀ ਪਹੁੰਚਿਆ ਜੀ ਪਿੰਡ ਫੱਤੇ ਨੰਗਲ ਉੱਥੇ ਤੁਹਾਨੂੰ 1947 'ਚ ਜਿਹੜੀ ਵਾਰਦਾਤ ਹੋਈ ਸੀ ਜਿਹੜਾ ਕਿੱਸਾ ਵਾਪਰਿਆ ਸੀ ਉਹਦਾ ਇੱਕ ਅਣਸੁਲਝੀ ਕੜੀ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਿਹਨਾਂ ਨਾਮ ਆ ਕਿਸ਼ਨ ਅਤੇ ਉਹ ਤੁਹਾਨੂੰ ਦੱਸਣਗੇ ਵੀ ਜਿਹੜਾ ਵਰਤਾਰਾ ਵਾ ਉਹ ਕੀ ਹੋਇਆ ਸੀ ਅਤੇ ਕਿਵੇਂ ਹੋਇਆ ਸੀ ਜਿੰਨੀ ਉਹਨਾਂ ਨੂੰ ਜਾਣਕਾਰੀ ਆ ਉਹਦੇ ਮੁਤਾਬਕ ਤੁਹਾਨੂੰ ਉਹ ਜਾਣਕਾਰੀ ਦੇਣਗੇ ਸਤਿ ਸ਼੍ਰੀ ਅਕਾਲ ਅਤੇ ਮਾੜੇ ਦੱਸੋਗੇ ਵੀ ਕੀ ਜਦੋਂ ਦੇਸ਼ ਦੀ ਵੰਡ ਹੋਈ ਸੀ ਉਦੋਂ ਤੁਹਾਡੀ ਏਜ ਕਿੰਨੀ ਸੀ ਹਾਂਜੀ ਉਦੋਂ ਥੋੜ੍ਹੀ ਉਦੋਂ ਦਾੜੀ ਮੋਸ਼ਨ ਨਹੀਂ ਸੀ ਮੈਨੂੰ ਫੁੱਟੀ ਅੱਛਾ ਦਾੜੀ ਮੋਸ਼ਨ ਨਹੀਂ ਫੁੱਟੀ ਠੀਕ ਆ ਅਤੇ ਹਾਂਜੀ ਅਤੇ ਉਦੋਂ ਉਦੋਂ ਬਾਰੇ ਦੱਸੋ ਕੋਈ ਜਾਣਕਾਰੀ ਕੁਛ ਯਾਦ ਆ ਉਦੋਂ ਜਿਹੜੇ ਤੁਹਾਡੇ ਨਾਲ ਰਹਿੰਦੇ ਸੀ ਜਿਹੜੇ ਪਾਕਿਸਤਾਨ ਚਲ ਗਏ ਸੀ ਉਹ ਕੌਣ ਕੌਣ ਸੀ ਜਿਹੜੇ ਇੱਥੇ ਰਹਿੰਦੇ ਸੀ ਨਾ ਸਾਡੇ ਇੱਥੇ ਲਾਗੇ ਜਿਹੜੇ ਘਰਾਂ ਦੇ ਇੱਕ ਹੈਗਾ ਸੀਗਾ ਲਾਲ ਹੀ ਉਹਦਾ ਨਾਂ ਅਤੇ ਦੂਜਾ ਉਹਦਾ ਭਰਾ ਹੈਗਾ ਹੈ ਰਹਿਮਤ ਉਹ ਇਹ ਕੱਖੋ ਕਾਣਾ ਸੀ ਅੱਛਾ ਜੀ ਅਤੇ ਉਹ ਲਾਲ ਦਾ ਮੁੰਡਾ ਹੈਗਾ ਹੰਜੀਰ ਇੱਕ ਇਹ ਵੱਡਾ ਮੁੰਡਾ ਹੈਗਾ ਮਨਜੂਰ ਸੀਗਾ ਅੱਛਾ ਜੀ ਵੱਡਾ ਮੁੰਡਾ ਮਨਜੂਰ ਸੀ ਅਤੇ ਬਸ ਅੱਛਾ ਜੀ ਇੰਨੇ ਕੀ ਤੇ ਮਤਲਬ ਜਦੋਂ ਉਹ ਇੱਥੋਂ ਜਿਹੜੇ ਬੰਦੇ ਤੁਹਾਡੇ ਨਾਲ ਰਹਿੰਦੇ ਸੀ ਤੇ ਉਦੋਂ ਤੁਹਾਡਾ ਜਿਹੜਾ ਘਰ ਇੱਥੇ ਹੀ ਜਿਹੜਾ ਹੋਣ ਆ ਕਿ ਜਾਂ ਨਹੀਂ ਇੱਥੇ ਹੀ ਘਰ ਉਹ ਸਾਡਾ ਘਰ ਪਰ ਉਹ ਪਾਸੇ ਪਿਛਲੇ ਬਣੇ ਅੱਛਾ ਪਿੰਡ ਦੇ ਹੋਰ ਪਾਸੇ ਹੀ ਨਹੀਂ ਨਹੀਂ ਇੱਧਰ ਨਾਲ ਹੀ ਪਿਛਲੇ ਬਣੇ ਮਾਰੇ ਨਹੀਂ ਆ ਗਿਆ ਪੱਤੇ ਨੰਗਲ ਦੀ ਵੰਡ ਜੀ ਫੱਜੂ ਦੀ ਕੁੜੀ ਨੂੰ ਜਾਣਦੇ ਜਿਹੜਾ ਫੱਜੂ ਦੀ ਜਿਹੜੀ ਹਾਂ ਜੀ ਉਹਨੂੰ ਜਾਣਦੇ ਆ ਕੀ ਨਾਂ ਹੀ ਉਹਦਾ ਨਹੀਂ ਉਹਦਾ ਨਾਂ ਇਹੋ ਹੀ ਸੀਗਾ ਫੱਜੂ ਪਰ ਉਹਨੂੰ ਪਤਾ ਨਹੀਂ ਕਿ ਚੇਤਾ ਭੁੱਲ ਗਿਆ ਫੱਜੂ ਕਸਾਈ ਗਾਲਾਂ ਕਰਨੀਆਂ ਉਹਨੇ ਮੁੰਡਿਆਂ ਵਾਂਗ ਤੇ ਖਲੋ ਜੋ ਤੁਹਾਡੀਆਂ ਲੱਤਾਂ ਵੱਢਣ ਲਾਲ ਦਾ ਭਰਾ ਜਿਹੜਾ ਹੈਗਾ ਸੀ ਰਹਿਮਤ ਤੇ ਗਾੜੀ ਰਹਿਮਤ ਤੇ ਲਾਲ ਜਿਹੜੇ ਸੀ ਉਹ ਹੈਗੇ ਸੀਗੇ ਕੀ ਉਹਦਾ ਨਾਂ ਇਹਦਾ ਉਹਨੂੰ ਕਹਿੰਦੇ ਹੁੰਦੇ ਸੀਗੇ ਉਹ ਬੁੱਢੇ ਦਾ ਨਾਂ ਨਾਂ ਭੁੱਲ ਗਿਆ ਨਾਂ ਭੁੱਲ ਜਾਂਦੇ ਸੂਬੇਦਾਰ ਜਿਹੜਾ ਸੂਬੇਦਾਰ ਸੀ ਉਹਦੀਆਂ ਉਹਨੇ ਕੀਤੀ ਸੀ ਅੰਗਰੇਜ਼ਣੀ ਉਹਦੀਆਂ ਕੁੜੀਆਂ ਆ ਗਈਆਂ ਸੀ ਅੰਗਰੇਜ਼ ਵਰਗੀਆਂ ਸੀ ਉਹਨੇ ਜਾਂਦੇ ਹੁੰਦੇ ਸੀ ਇੱਥੇ ਪੜ੍ਹਨ ਮਿਸ਼ਨ ਸਕੂਲੇ ਅੱਛਾ ਮਿਸ਼ਨ ਸਕੂਲੇ ਹਾਂ ਉਹਨਾਂ ਵਿਚਾਰੀ ਇੱਕ ਉਹ ਮਰ ਗਈ ਸੀ ਇੱਥੇ ਨਹਾਉਂਦੀ ਉੱਥੇ ਚਬਾਰੇ ਦੇ ਵਿੱਚ ਅਤੇ ਉਹ ਉੱਥੇ ਬਾਪੂ ਜੀ ਇੱਕ ਸੀ ਮੁਹੰਮਦ ਰਮਜਾਨ ਦਰਜੀਆਂ ਦੀ ਦੁਕਾਨ ਇੱਥੇ ਨਹਿਰ ਲਾਗੇ ਉਹਦੇ ਬਾਰੇ ਕੋਈ ਹੈ ਜਾਣਕਾਰੀ ਤੇ ਆ ਜਿਹੜੀ ਮੈਂ ਤੈਨੂੰ ਡਿਊਟੀ ਖਾਲੀ ਹੈ ਨਾ ਆਵੇ ਲਿਖਿਆ ਵਾ ਘਰ ਦੀ ਜੋ ਸਾਹਮਣੇ ਜਿਹੜਾ ਬਾਬੂ ਲਾਲ ਹੁਸੈਨ ਕਹਿੰਦੇ ਨਾ ਉਹਦਾ ਘਰ ਉੱਥੇ ਸੀ ਅੱਛਾ ਅੱਛਾ ਉਹ ਕਿੱਥੇ ਭਲਾ ਲਾਲ ਹੁਸੈਨ ਦਾ ਘਰ ਸੀ ਲਾਲ ਹੁਸੈਨ ਦਾ ਘਰ ਕਿੱਥੇ ਸੀ ਇੱਥੇ ਸੀਗੇ ਉਹ ਜਿੱਥੇ ਤਰਖਾਣ ਰਹਿੰਦੇ ਲੱਖੀ ਮਿਸਤਰੀ ਲੱਖੀ ਮਿਸਤਰੀ ਵਾਲਾ ਘਰ ਜਿਹੜਾ ਉਹਦਾ ਉਹ ਫੱਜੂ ਖਸਾਈ ਦਾ ਅੱਛਾ ਲੱਖੀ ਮਿਸਤਰੀ ਵਾਲਾ ਜਿਹੜਾ ਘਰ ਫੱਜੂ ਖਸਾਈ ਦਾ ਵਾ ਜਿਹੜਾ ਪੁਰਾਣਾ ਘਰ ਆ ਤੇ ਜਿਹੜਾ ਲਾਲ ਹੁਸੈਨ ਦਾ ਕਿਹੜਾ ਘਰ ਸੀ ਉਹ ਲਾਲ ਹੁਸੈਨ ਦਾ ਜਿੱਥੇ ਸਕੂਲ ਲੱਗਦਾ
ਫੱਜੂ ਕਸਾਈ ਦਾ ਅੱਛਾ ਹੁਣ ਉਹ ਥੋੜਾ ਜਿਹਾ ਕਵਰ ਕਰ ਦੇ ਫੱਜੂ ਕਸਾਈ ਦਾ ਉਹ ਘਰ ਇੱਥੇ ਲੈ ਲੈਣਾ ਫੱਜੂ ਕਸਾਈ ਦਾ ਘਰ ਇੱਥੇ ਕੋਈ ਨੀ ਜਾ ਦੀਆ ਨਾ ਉੱਥੇ ਵੇਖ ਲੈਣੇ ਆ ਸਕੂਲ ਹੈਗਾ ਲਾਲ ਸਾਹ ਦਾ ਘਰ ਲੈ ਫੜਾ ਮੈਂ ਦੇਖ ਲੇਖ ਲੱਕੜ ਦੇ ਮਿਸਤਰੀ ਆ ਹੁਣ ਉਹ ਉੱਥੇ ਰਹਿੰਦੇ ਆ ਤੇ ਕੋਸ਼ਿਸ਼ ਕਰਦੇ ਆ ਉਹਨੂੰ ਕਵਰ ਕਰਨ ਦੀ ਤੇ ਚੇਂਜ ਹੋ ਗਿਆ ਹੋਣਾ ਵਾ ਉਹ ਘਰ ਪੁਰਾਣੇ ਆ ਗਏ ਜਾਂ ਬਦਲ ਗਏ ਆ ਨਵੇਂ ਬਣ ਗਏ ਨਾ ਘਰ ਹੁਣ ਚੇਂਜ ਹੋ ਗਏ ਆ ਜੀ ਘਰ ਬਦਲ ਚੁੱਕੇ ਆ ਲੱਖੀ ਨੇ ਆਪਣੇ ਉਹ ਜਿਹੜੀ ਫੋਟੋ ਮੈਨੂੰ ਮਿਲੀ ਗੂਰਾ ਦੀ ਵੇਲ ਵਾਲੀ ਉਹ ਸਾਨੂੰ ਟਰੇਸ ਹੋ ਗਿਆ ਪਰ ਘਰ ਬਦਲ ਗਏ ਚਲੋ ਹੁਣ ਜਾ ਕੇ ਤੇ ਉਧਰ ਕਵਰ ਕਰਦੇ ਆ ਤੇ ਤੁਸੀਂ ਪਿੱਛੇ ਇਹਨਾਂ ਦੇ ਬਾਊ ਕਿਸ਼ਨ ਜੀ ਦੇ ਬੇਟੇ ਨੇ ਠੀਕ ਹੈ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਆ ਵੀਡੀਓ ਬਣਾਉਣ ਵਿੱਚ ਤੇ ਸਾਨੂੰ ਦੋ ਚੀਜ਼ਾਂ ਸਾਨੂੰ ਹੁਣ ਮਿਲ ਗਈਆਂ ਵਾ ਅਸੀਂ ਉਹਨਾਂ ਨੂੰ ਕਵਰ ਕਰਦੇ ਹਾਂ ਤੁਹਾਨੂੰ ਦੱਸਦੇ ਹਾਂ ਬਾਬਾ ਜੀ ਜਿੱਥੇ ਫੱਜੂ ਮਸੀਤ ਪੜਦਾ ਹੁੰਦਾ ਉੱਥੇ ਮਸੀਤ ਹੁੰਦੀ ਗੁਰਦੁਆਰੇ ਦੇ ਲਾਗੇ ਹੈਗੀ ਆ ਪਰ ਬਸ ਮਸੀਤ ਵੀ ਹੈਗੀ ਲਾਗੇ ਮਸੀਤ ਹੈਗੀ ਅਜੇ ਵੀ ਹੈਗੀ ਬਲੋ ਕਿੱਥੇ ਹਾਂ ਉਹ ਕਿੱਥੇ ਮਸੀਤ ਨਾ ਹੋਊਗਾ ਨਾ ਤੁਸੀਂ ਪੱਠੇ ਦੇ ਲਾਗੇ ਪੱਠਾ ਉੱਥੇ ਕੁਛ ਵਿੱਚ ਮਸੀਤ ਕਿਹੜੀ ਆ ਨਹੀਂ ਜਿੱਥੇ ਜਿਹੜਾ ਉਹਦਾ ਗੁਰਦੁਆਰੇ ਦੇ ਮਤਲਬ ਉੱਥੇ ਲਾਗੇ ਮਸੀਤ ਆ ਆਹੋ ਗੁਰਦੁਆਰੇ ਲਾਗੇ ਗੁਰਦੁਆਰਾ ਪੀ ਜਦੋਂ ਇੱਧਰ ਨੂੰ ਜਾਈਦਾ ਜਦੋਂ ਬਸ ਲੈਣਾ ਨਹੀਂ ਜਾਣਾ ਮੈਂ ਉੱਥੇ ਮਸੀਤ ਉੱਥੇ ਇਸ ਵੇਲੇ ਜੀ ਅਸੀਂ ਖੜੇ ਹਾਂ ਜੀ ਪਿੰਡ ਫੱਜੂਪੁਰ ਅਤੇ ਅਸੀਂ ਉਹ ਜਗ੍ਹਾ 'ਤੇ ਖੜੇ ਹਾਂ ਜਿੱਥੇ ਘਰ ਹੁੰਦਾ ਸੀ ਪਹਿਲਾਂ 47 ਤੋਂ ਆਪਣੇ ਫੱਜੂ ਕਸਾਈ ਦਾ ਅਤੇ ਹੁਣ ਘਰ ਕਿਉਂਕਿ ਹੁਣ ਜਗ੍ਹਾ ਚੇਂਜ ਹੋ ਚੁੱਕੀ ਆ ਆ ਨਵੀਂ ਕੰਸਟਰਕਸ਼ਨ ਹੋ ਚੁੱਕੀ ਆ ਅਤੇ ਪਹਿਲੇ ਘਰ ਹੁਣ ਨਹੀਂ ਲੱਭਦੇ ਉਹਦਾ ਜਿਹੜਾ ਫਰੰਟ ਵਿਊ ਆਹ ਵਾ ਘਰ ਦੇ ਜੋ ਫਰੰਟ ਆ ਇਹ ਥੋੜ੍ਹੇ ਜਿਹੇ ਪੁਰਾਣੇ ਜਾਪਦੇ ਆ ਪਰ ਇੰਨੇ ਪੁਰਾਣੇ ਵੀ ਨਹੀਂ ਅਤੇ ਹੁਣ ਜਿਹੜੇ ਇੱਥੇ ਰਹਿ ਰਹੇ ਆ ਉਹ ਰਹਿ ਰਹੇ ਆ ਸਰਦਾਰ ਸ਼ਿੰਗਾਰਾ ਸਿੰਘ ਅਤੇ ਜੋ ਕਿ ਮੇਰੇ ਨਾਲ ਖੜ੍ਹੇ ਨੇ ਕੀ ਨਾਂ ਲਵਪ੍ਰੀਤ ਸਿੰਘ ਮੇਰੇ ਨਾਲ ਖੜ੍ਹੇ ਨੇ ਇਹਦੇ ਦਾਦਾ ਜੀ ਹੀ ਜਿਹੜੇ ਇੱਥੇ ਰਹਿੰਦੇ ਸੀ ਉਹ ਹੁਣ ਇਹ ਦੁਨੀਆਂ 'ਚ ਚਲੋ ਨਹੀਂ ਆ ਅਤੇ ਹੁਣ ਥੋੜ੍ਹਾ ਜਿਹਾ ਦੱਸਣਗੇ ਵੀ ਕਦੋਂ ਆਹ ਬਣਾਇਆ ਸੀ ਨਵਾਂ ਅਤੇ ਕਦੋਂ ਡਿਵੈਲਪਮੈਂਟ ਕਦੋਂ ਹੋਈ ਆ ਆਹ ਅੱਜ ਦਾ ਹਾਲ ਕੀਤਾ ਵਾ ਇਹ ਕਦੋਂ ਪਿਆ ਵਾ ਇਹ 3 ਸਾਲ ਪਹਿਲਾਂ ਜੀ 3 ਸਾਲ ਪਹਿਲਾਂ ਅਤੇ ਜਦੋਂ ਇਹ ਤੋਂ ਪਹਿਲਾਂ ਜਦੋਂ ਉਹ ਕੀ ਸੀ ਉਹ ਸਾਡੇ ਪਹਿਲਾਂ ਘਰ ਉਸਦੇ ਸਾਈਡ 'ਤੇ ਹੁੰਦਾ ਸੀਗਾ ਜਿਹੜਾ 47 ਦਾ ਅੱਛਾ ਉਹ ਪੁਰਾਣੀਆਂ ਕੰਧਾਂ ਪਾ ਫਿਰ ਬਣਿਆ ਸੀ ਉਸ ਤੋਂ ਬਾਅਦ ਫਿਰ ਬਣ ਗਿਆ ਹਾਂਜੀ ਤੀਜੀ ਵਾਰੀ ਬਣ ਗਿਆ ਹਾਂਜੀ ਹਾਂਜੀ ਇਹ ਤੀਜੀ ਇਹ ਘਰ ਤੀਜੀ ਵਾਰੀ ਬਣ ਗਿਆ ਜੀ ਤੀਜੀ ਵਾਰੀ ਅਤੇ ਹੁਣ ਫਿਰ ਨਵੀਂ ਕੰਸਟਰਕਸ਼ਨ ਹੋ ਚੁੱਕੀ ਆ ਆਹ ਪੁਰਾਣੀਆਂ ਕੰਧਾਂ ਥੋੜ੍ਹੀਆਂ ਜਿਹੀਆਂ ਹੈਗੀਆਂ ਵਾ ਇਹ ਸ਼ੋਅ ਕਰ ਦਿੰਦੇ ਵਿੱਚ ਜੀ ਅੱਛਾ ਠੀਕ ਠੀਕ ਆਹ ਦੇਖੋ ਜੀ ਆਓ ਹੁਣ ਕਿੱਥੇ ਘਰ ਆ ਮਿੱਟੀ ਵਾਲੀਆਂ ਇਹ ਅਜੇ ਵੀ 1947 ਵਾਲੀਆਂ ਇਹਨਾਂ ਨੇ ਸਾਂਭ ਕੇ ਰੱਖੀਆਂ ਵਾ ਆਹ ਦੇਖੋ ਜਿਹੜੇ ਡਿਜ਼ਾਇਨ ਪਹਿਲੇ ਪਏ ਹੁੰਦੇ ਸੀ ਘਰਾਂ 'ਚ ਅਤੇ ਅਜੇ ਵੀ ਉਹ ਹੈਗੀਆਂ ਵਾ ਆਹ ਲੱਗੀਆਂ ਹੁੰਦੀਆਂ ਕਿੱਲੀਆਂ ਜਿਹੀਆਂ ਇੱਦਾਂ ਲਾਈਆਂ ਹੁੰਦੀਆਂ ਕੰਧਾਂ 'ਚ ਇੱਦਾਂ ਅੱਛਾ ਬਾਰੀ ਵੀ ਉਹੀ ਆ ਆਹ ਪਿੱਛੇ ਬਾਰੀ ਵੀ ਢੱਕੀ ਤੇ ਗਈ ਆ ਉੱਦਾਂ ਇਹ ਬਾਰੀ ਵੀ ਪਈ ਆ ਫੱਟੇ ਲੱਗੇ ਹੁੰਦੇ ਡੱਬੇ ਸਾਰਾ ਸਮਾਨ ਠੀਕ 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 ਆਹ ਦੇਖੋ
ਫੱਟੀਆਂ ਦੇ ਅਜੇ ਵੀ ਟੁੱਟੀਆਂ ਫੱਟੀਆਂ ਹੈਗੀਆਂ, ਜਾਲੇ ਲੱਗੇ ਨੇ, ਆਹ ਦੇਖੋ ਕਸਾਈ ਜੀ ਜਿਹੜੇ ਇੱਥੋਂ ਗਏ ਸੀ ਪਾਕਿਸਤਾਨ ਫੱਜੂ ਕਸਾਈ, ਅਤੇ ਹੁਣ ਤੁਹਾਨੂੰ ਆਪਾਂ ਵਿਖਾਉਣ ਲੱਗੇ ਹਾਂ ਜਿਹੜਾ ਘਰ ਦਾ ਸੀ ਬਾਊ ਲਾਲ ਹੁਸੈਨ ਦਾ, ਉੱਥੇ ਹੁਣ ਸਕੂਲ ਆ ਜੀ, ਤੁਹਾਨੂੰ ਹੁਣ ਉਹ ਵੀ ਵਿਖਾਉਂਦੇ ਹਾਂ। ਲਵਪ੍ਰੀਤ ਸਿੰਘ ਦਾ ਧੰਨਵਾਦ ਜਿਹੜੇ ਹੁਣ ਇੱਥੇ ਇੱਥੇ ਆ ਜੇ, ਕਿਹੜੀ ਕਲਾਸ ਵਿੱਚ ਜਿੱਥੇ ਜਿਹੜਾ ਫੱਜੂ ਬੱਕਰੀਆਂ ਰੱਖਦਾ ਹੁੰਦਾ ਕਿੱਥੇ ਆ ਆ ਦਿੰਦਾ ਕੁਛ ਚੇਂਜ ਹੋ ਚੁੱਕਿਆ ਵਾ। ਇਹ ਜਿਹੜਾ ਹੁਣ ਤੁਸੀਂ ਵੇਖਿਆ ਵਾ ਇੱਥੇ ਇਸ ਜਗ੍ਹਾ 'ਤੇ ਲਾਗੇ ਵਾੜਾ ਹੁੰਦਾ ਸੀ ਜਿੱਥੇ ਫੱਜੂ ਆਪਣੀਆਂ ਬੱਕਰੀਆਂ ਬੰਨਦਾ ਹੁੰਦਾ ਸੀ, ਉਹ ਘਰ ਵਿਖਾ ਤਾ ਹੁਣ ਤੁਹਾਨੂੰ ਜੀ ਬਾਬੂ ਲਾਲ ਹੁਸੈਨ ਦਾ ਘਰ ਜਿਹੜਾ ਉਹ ਸੁਣਨ ਲੱਗੇ ਹਾਂ। ਨਾਲ ਹੀ ਨਲਕਾ ਨਾਲ ਹੀ ਪੌੜੀਆਂ ਤਾਂ ਚੜ ਕੇ ਉਹੀ ਘਰ ਆ। ਠੀਕ ਠੀਕ ਕਿੱਥੇ ਗਏ ਘਰ ਵਾਲੇ? ਇਹਦੀ ਉੱਤੋਂ ਵੀਡੀਓ ਬਣਾ ਲਈ ਤੁਹਾਡੇ ਕੋਠੇ ਜਿੱਥੇ ਉਹ 1962 ਦੀ ਇੱਕ ਤਸਵੀਰ ਮੈਨੂੰ ਪ੍ਰਾਪਤ ਹੋਈ ਸੀ ਜਿਹੜੇ 1962 'ਚ ਆਪਣਾ ਘਰ ਵੇਖਣ ਆਏ ਸੀ, ਆਹ ਉਹ ਡਿਓਰੀ ਸੀ, ਇੱਥੇ ਫੋਟੋ ਖਿੱਚੀ ਗਈ ਸੀ। ਆਹ ਬੂਟਾ ਵਾ ਅੰਬ ਦਾ, ਇਹ ਸ਼ਾਇਦ ਬਾਅਦ ਚ ਲੱਗਾ ਹੋਵੇ ਸ਼ਾਇਦ। ਦੇਖੋ ਜੀ ਇਹ ਹੁਣ ਘਰ ਵਾਲੇ ਜਿਹੜੇ ਆ ਇਹ ਰਹਿੰਦੇ ਆ ਧਾਰੀਵਾਲ, ਇਹ ਜਿਹੜਾ ਵਾ ਕਿੰਨੇ ਥਾਂ ਹੈ ਨਾ ਇਕੱਠਾ ਹੀ ਹੁੰਦਾ ਜੀ, ਆਹ ਵੀ ਇੱਕੋ ਮਕਾਨ ਹੀ ਆ ਜਿਹੜਾ, ਆਹ ਵੀ ਇੱਧਰ ਇਕੱਠਾ ਹੀ, ਆਹ ਵੀ ਇਕੱਠਾ ਹੀ, ਸਾਰਾ ਇਕੱਠਾ ਹੁੰਦਾ ਨਾ ਮਤਲਬ ਪਹਿਲਾਂ ਆਹ 47 ਦੇ ਵਿੱਚ ਆਹ ਵੀ ਦੇਖੋ ਜੀ ਇਸ ਵਕਤ ਅਸੀਂ ਖੜੇ ਹਾਂ ਜੀ ਕੋਠੇ ਦੀ ਛੱਤ 'ਤੇ, ਅਤੇ ਆਹ ਸਾਹਮਣੇ ਉਹ ਡਿਊਰੀ ਆ ਜਿੱਥੇ ਉਹ ਤੁਹਾਨੂੰ ਬਾਹਰੋਂ ਤਸਵੀਰ ਉਖਾਲੀ ਸੀ, ਅਤੇ ਆਹ ਤੁਹਾਡਾ ਸੰਦੀਪ ਆਹ ਸਾਡੇ ਨਾਲ ਸੰਦੀਪ ਜੀ, ਅਤੇ ਜਿਹੜੇ ਆਹ ਨਾਲ ਦੇ ਘਰ 'ਚ ਰਹਿ ਰਹੇ ਆ ਇਕੱਠਾ, ਠੀਕ ਹੈ ਜੀ। ਇਹ ਪਹਿਲਾਂ ਸ਼ਹਿਰ ਇਕੱਠਾ ਹੁੰਦਾ ਹੋਵੇ ਕਿਉਂਕਿ ਉਹ ਪਿੱਛੋਂ ਜਿਹੜਾ ਵਾ ਉਹ ਇੱਕੋ ਕੰਧ ਆ ਰਹੀ ਆ, ਅਤੇ ਇਹ ਜਿਹੜਾ ਪਿੰਡ ਆ ਇਹ
ਭੱਜੂਪੁਰ ਇਹ ਸਾਰਾ ਤੁਸੀਂ ਵੇਖ ਰਹੇ ਜੀ ਪਿੰਡ ਭੱਜੂਪੁਰ ਨੂੰ ਇਸ ਵੇਲੇ ਉਸ ਜਗ੍ਹਾ 'ਤੇ ਹਾਂ ਜਿੱਥੇ ਪਹਿਲਾਂ ਮਸੀਤ ਹੁੰਦੀ ਸੀ। ਅੱਜ ਕੱਲ੍ਹ ਇੱਥੇ ਨਾਮ ਸੀ ਆਪਣਾ ਸਤਨਾਮ ਸਿੰਘ, ਅੱਜ ਕੱਲ੍ਹ ਇੱਥੇ ਸਤਨਾਮ ਸਿੰਘ ਜੀ ਰਹਿ ਰਹੇ ਨੇ ਅਤੇ ਸਾਨੂੰ ਹੁਣ ਦੱਸਣਗੇ ਵੀ ਕਦੋਂ ਤੋਂ ਇੱਥੇ ਰਹਿ ਰਹੇ ਨੇ, ਇਹਨਾਂ ਦੇ ਬਜ਼ੁਰਗਾਂ ਦਾ ਨਾਂ ਕੀ ਸੀ। ਹੁਣ ਤੁਹਾਨੂੰ ਮੈਂ ਥੋੜ੍ਹਾ ਜਿਹਾ ਪਹਿਲਾਂ ਵਿਖਾਲਦਾ, ਥੋੜ੍ਹੀ ਜਿਹੀ ਨਿਸ਼ਾਨੀਆਂ ਪੁਰਾਣੀਆਂ ਰਸ ਇਹੋ ਰਹਿ ਗਈ, ਰੰਧ ਰਹਿ ਗਈ ਆ ਅਤੇ ਹੁਣ ਨਿਸ਼ਾਨੀਆਂ ਲਗਭਗ ਖਤਮ ਹੁੰਦੇ ਕੰਢਿਆਂ 'ਤੇ ਹੀ ਆ। ਕਦੋਂ ਇੱਥੇ ਆਏ ਅਤੇ ਕਦੋਂ ਤੁਹਾਡੇ ਬਜ਼ੁਰਗਾਂ ਦਾ ਕੀ ਉਹ ਆਏ ਸੀ ਜਾਂ ਦਾਦਾ ਜੀ ਆਏ ਜਾਂ ਡੈਡੀ ਆਏ? ਭਾਪਾ ਜੀ ਹੁਣ ਡੈਡੀ ਆਏ। ਅਸੀਂ ਭਾਪਾ ਜੀ ਆਏ ਸੀ। ਕਦੋਂ ਆਏ? ਉਹਨਾਂ ਦਾ ਕੀ ਨਾਂ ਸੀ? ਭਗਵਾਨ ਸਿੰਘ। ਅੱਛਾ ਜੀ। ਗੁਰਦੁਆਰਾ ਜਿਹੜਾ ਕਮਰਾ ਸੀ ਇਹਦੇ ਵਿੱਚ ਇਹਨਾਂ ਨੇ ਵੀ ਮਤਲਬ ਗੁਰਦੁਆਰੇ ਦਾ ਗੁਰੂ ਗ੍ਰੰਥ ਸਾਹਿਬ ਰੱਖਿਆ ਸੀ, ਮੁੜ ਕੇ ਇੱਥੇ ਸਾਡੇ ਪਾਪਾ ਜੀ ਆਏ, ਉਹਨਾਂ ਨੇ ਗੁਰਦੁਆਰੇ ਦੀ ਜਗ੍ਹਾ ਲੈ ਕੇ ਗੁਰਦੁਆਰਾ ਉਹ ਬਣਾਤਾ ਤੇ ਇੱਥੇ ਉਹਨਾਂ ਨੂੰ ਰਹਿਣ ਵਾਸਤੇ ਜਗ੍ਹਾ। ਅੱਛਾ ਅੱਛਾ। ਆਪਾਂ ਜਦੋਂ ਦਾ ਪਾਕਿਸਤਾਨ ਬਣਿਆ ਉਦੋਂ ਤੋਂ ਇੱਥੇ ਰਹਿੰਦੇ ਆ ਗੁਰਦੁਆਰੇ। ਅੱਛਾ। ਜਦੋਂ ਤੋਂ ਪਾਕਿਸਤਾਨ ਬਣਿਆ ਨਾ ਉਦੋਂ ਤੋਂ ਭਗਵਾਨ ਸਿੰਘ ਹੁਣੀ ਇੱਥੇ ਰਹਿ ਰਹੇ ਆ। ਅੱਛਾ। ਭਗਵਾਨ ਸਿੰਘ ਜੀ ਇੱਥੇ ਆ ਕੇ ਰਹਿ ਰਹੇ ਸੀ ਤੇ ਉਹ ਤੁਹਾਡੇ ਕਿ ਲੱਗਦੇ ਸੀ? ਸਾਡੇ ਸਹੁਰਾ। ਅੱਛਾ ਡੈਡੀ ਜੀ, ਉਹ ਤੁਹਾਡੇ ਸਹੁਰਾ ਸਾਹਿਬ ਤੇ ਤੁਹਾਡੇ ਡੈਡੀ ਜੀ? ਠੀਕ ਠੀਕ ਹੈ ਜੀ। ਸ਼ੁਰੂ ਤੋਂ ਇੱਥੇ ਰਹਿੰਦੇ। ਚਲੋ ਸਾਲ ਚ ਹੋ ਗਿਆ 50-60 ਸਾਲ। ਅੱਛਾ। ਹਾਂ ਨਹੀਂ ਨਹੀਂ ਉਹ ਨਹੀਂ ਕੋਈ ਚੱਕਰ, ਬਸ ਇਹ ਆ ਵੀ ਇੱਕ ਨਿੱਕੀ ਜੀ ਕੋਸ਼ਿਸ਼ ਸੀ, ਕੋਸ਼ਿਸ਼ ਇਹ ਸੀ ਵੀ ਇੱਥੇ ਸਿਰਫ ਇਹ ਵਿਖਾਉਣਾ ਸੀ ਵੀ ਜਿਹੜੇ ਵਿਚਾਰੇ ਇੱਥੋਂ ਗਏ ਆ ਨਾ ਉਹ ਦੱਸਦੇ ਰਹਿੰਦੇ ਆ ਵੀ ਸਾਨੂੰ ਕਿਤੇ ਝਲਕ ਮਿਲ ਜੇ। ਹਾਂ ਸੋ ਇਹ ਸੀ ਇੱਕ ਨਿਮਾਣੀ ਜਿਹੀ ਕੋਸ਼ਿਸ਼ ਇਹਨਾਂ ਵੀਡੀਓ ਦੀ। ਮੈਂ ਜਿੰਨੀਆਂ ਵੀ ਵੀਡੀਓਜ਼ ਬਣਾਈਆਂ ਵਾਂ ਇਹਦੇ ਵਾਸਤੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਆ, ਕਿਸੇ ਵੀ ਜੋ ਘਰ ਦੇ ਹੁਣ ਮੌਜੂਦਾ ਓਨਰ ਆ ਉਹਨਾਂ ਨੂੰ, ਇਹ ਸਿਰਫ ਇੱਕ ਯਾਦਾਂ ਨੂੰ ਗੰਢਣ ਦਾ ਇੱਕ ਮੈਂ ਪ੍ਰਕਿਰਿਆ ਕੀਤੀ ਆ, ਕਿਉਂਕਿ ਮੇਰੀ ਪਿਛਲੀ ਵੀਡੀਓ 'ਚ ਕੁਝ ਕਮੈਂਟ ਆਏ ਸੀ ਜਿੱਥੇ ਉਹ ਵੇਖਣਾ ਚਾਹੁੰਦੇ ਸੀ ਆਪਣੇ ਜਿਹੜੇ ਪੁਰਾਣੇ ਥਾਂ ਨੂੰ, ਜਗ੍ਹਾ ਨੂੰ। ਹਾਲਾਂਕਿ ਸਾਰੇ ਘਰ ਬਦਲ ਚੁੱਕੇ ਆ, ਨਵੀਆਂ ਜਿਹੜੀਆਂ ਵਸੋਂ ਜਿਹੜੀ ਹੋ ਚੁੱਕੀ ਆ, ਨਵੀਂ ਕੰਸਟਰਕਸ਼ਨ ਹੋ ਚੁੱਕੀਆਂ ਵਾਂ, ਪੀੜ੍ਹੀਆਂ ਦੋ ਤਿੰਨ ਵੀ ਕਹਿ ਨਹੀਂ ਘੱਟ ਆ, 4-5 ਪੀੜ੍ਹੀਆਂ ਜਿਹੜੀਆਂ ਗਾਂਹ ਸਲਿੱਪ ਹੋ ਚੁੱਕੀਆਂ ਵਾਂ। ਪੜਦਾਦਿਆਂ ਦੀ ਗੱਲਾਂ ਚੱਲ ਗਈਆਂ, ਪੜਦਾਦਿਆਂ ਤੋਂ ਵੀ ਗਾਂਹ ਗੱਲਾਂ ਹੁਣ ਛੋਣ ਜਾ ਰਹੀਆਂ ਵਾਂ। ਇਸ ਲਈ ਇਹ ਸਿਰਫ ਇੱਕ ਜਿਹੜੀਆਂ ਯਾਦਾਂ ਦੀ ਕੜੀ ਜਿਹੜੀ ਟੁੱਟ ਚੁੱਕੀ ਸੀ ਉਹਨੂੰ ਸਿਰਫ ਇਹ ਜੋੜਿਆ ਵਾ, ਅਤੇ ਤਾਂ ਕਿ ਜਿਹੜੇ ਇੱਥੋਂ ਪਰਿਵਾਰ ਗਏ ਆ ਉਹ ਵੇਖ ਕੇ ਵੀਡੀਓ ਨੂੰ ਅਤੇ ਆਪਣੀਆਂ ਕੁਛ ਯਾਦਾਂ ਜਿਹੜੀਆਂ ਵਾਂ ਆਪਣੇ ਆਪ ਨੂੰ ਸੁਨਹਿਰੀ ਰੰਦਾਂ ਵਿੱਚ ਬੰਨ ਸਕਣ, ਆਪਣੇ ਵੇਖ ਸਕਣ ਵੀ ਉਹਨਾਂ ਦੇ ਜਿਹੜੇ ਪੂਰਵਜ ਹੀ ਬਜ਼ੁਰਗ ਸੀ ਕਿਵੇਂ ਰਹਿੰਦੇ ਸੀ, ਕਿੱਦਾਂ ਇਕੱਠੇ ਰਹਿੰਦੇ ਸੀ, ਕਿੱਦਾਂ ਖੇਡਦੇ ਇਕੱਠੇ ਸੀ, ਹੱਸਦੇ ਇਕੱਠੇ ਸੀ, ਖੇਡਦੇ ਇਕੱਠੇ ਸੀ, ਰਹਿੰਦੇ ਇਕੱਠੇ ਸੀ, ਹਰ ਕੰਮ ਇਕੱਠੇ ਕਰਦੇ ਸੀ। ਅਤੇ ਬਾਅਦ 'ਚ ਯਕਦਮ ਇੱਕ ਚੀਜ਼ ਜਿਹੜੀ ਬੀਤੀ 47 ਵਿੱਚ, ਸਾਰੇ ਨੂੰ ਆਪਣੇ ਘਰ ਛੱਡ ਕੇ ਜਾਣਾ ਪਿਆ। ਅਤੇ ਆਸ ਕਰਦਾ ਵਾਂ ਵੀਡੀਓ ਤੁਹਾਨੂੰ ਚੰਗੀ ਲੱਗੇਗੀ। ਚੈਨਲ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ ਅਤੇ ਮਿਲਦਾ ਤੁਹਾਨੂੰ ਕਿਸੇ ਹੋਰ ਨਵੀਂ ਜੀ ਵੀਡੀਓ ਨਾਲ। ਤਦ ਤੱਕ ਲਈ ਸਾਰਿਆਂ ਨੂੰ ਗੱਲ ਪਿਆਰ ਭਰੀ ਅਤੇ ਜਿੰਦਾ ਦਿਨ ਆਪਣੀ ਜ਼ਿੰਦਗੀ ਜਿਉਂਦੇ ਰਹੋ ਜੀ, ਵੱਸਦੇ ਰਹੋ ਜੀ।